ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਗੱਡੀਆਂ ਆਪਸ 'ਚ ਟਕਰਾਈਆਂ ਨੇ ਤੇ ਕਈ ਗੱਡੀਆਂ ਚਕਨਾਚੂਰ ਹੋਈਆਂ ਨੇ। ਹਾਲਾਂਕਿ ਇਹਨਾਂ ਗੱਡੀਆਂ ਦੇ ਵਿੱਚ ਇੱਕ ਵਿਆਹ ਵਾਲੀ ਗੱਡੀ ਵੀ ਨੁਕਸਾਨੀ ਗਈ ਹੈ। ਤਾਂ ਤਸਵੀਰਾਂ ਬਰਨਾਲਾ ਦੇ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸੰਘਣੀ ਧੁੰਦ ਦੇ ਕਾਰਨ ਇੱਕ ਟਰੱਕ ਪਹਿਲਾਂ ਹੀ ਖਰਾਬ ਸੜਕ ਦੇ ਉੱਤੇ ਖੜਾ ਸੀ ਤੇ ਉਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਰਕੇ ਕਈ ਗੱਡੀਆਂ ਟਕਰਾਈਆਂ ਜਿਸ ਦੇ ਵਿੱਚ ਇੱਕ ਵਿਆਹ ਵਾਲੀ ਗੱਡੀ ਵੀ ਨੁਕਸਾਨੀ ਗਈ ਹੈ। ਦੱਸ ਦਈਏ ਕਿ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਭਿਆਨਕ ਸੜਕ ਹਾਦਸਾ ਵਾਪਰਿਆ, ਸੰਘਣੀ ਧੁੰਦ ਇਸ ਹਾਦਸੇ ਦੀ ਵਜ੍ਹਾ ਬਣੀ ਹੈ। ਹਾਲਾਂਕਿ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਇੱਕ ਵੱਡਾ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ। ਤਾਂ ਤਸਵੀਰਾਂ ਇਹ ਬਰਨਾਲਾ ਤੋਂ ਸਾਹਮਣੇ ਆਈਆਂ ਨੇ। ਇਸ ਹਾਦਸੇ ਦੇ ਵਿੱਚ ਇੱਕ ਵਿਆਹ ਵਾਲੀ ਗੱਡੀ ਵੀ ਬੁਰੇ ਤਰੀਕੇ ਨਾਲ ਨੁਕਸਾਨੀ ਗਈ ਹੈ। ਤਾਂ ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਇੱਕ ਟਰੱਕ ਪਹਿਲਾਂ ਹੀ ਸੜਕ ਦੇ ਉੱਤੇ ਖਰਾਬ ਖੜਾ ਸੀ, ਜਿਸ ਤੋਂ ਬਾਅਦ ਇਸ ਦੇ ਵਿੱਚ ਪਹਿਲਾਂ ਦੋ ਗੱਡੀਆਂ ਟਕਰਾਉਂਦੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਦੇਖਦੇ ਹੀ ਦੇਖਦੇ ਲਾਈਨ ਦੇ ਵਿੱਚ ਆ ਰਹੀਆਂ ਗੱਡੀਆਂ ਇਸ ਦੇ ਵਿੱਚ ਟਕਰਾ ਜਾਂਦੀਆਂ ਨੇ, ਜਿਸ ਦੇ ਕਾਰਨ ਕਈ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ। ਤਾਂ ਬਰਨਾਲਾ ਦੇ ਨੈਸ਼ਨਲ ਹਾਈਵੇ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਬਰਾਤ ਵਾਲੀ ਗੱਡੀ ਵੀ ਨੁਕਸਾਨੀ ਗਈ। ਧੁੰਦ ਕਾਰਨ ਹੈ, ਧੁੰਦ ਹੈ, ਮੌਸਮ ਖਰਾਬ ਹੈ। ਮੌਸਮ ਖਰਾਬ ਦੇ ਵਿੱਚ ਧੁੰਦ ਦੇ ਵਿੱਚ ਦੇਖਦਾ ਕੁਛ ਹੈ ਨੀਗਾ, ਠੀਕ ਹੈ। ਹੁਣ ਇਹਦੇ ਵਿੱਚ ਗਲਤੀ ਕਿਹਦੀ ਕੀ ਤੇ ਕਿਹਦੀ ਨਾ? ਕਿੰਨਾ ਕੁ ਨੁਕਸਾਨ ਹੋਇਆ ਗੱਡੀਆਂ ਦਾ? ਨੁਕਸਾਨ ਤਾਂ ਜੀ ਦੇਖੋ ਤਿੰਨ ਚਾਰ ਗੱਡੀਆਂ ਦਾ ਹੈਗਾ ਹੀ ਹੈ। ਤਿੰਨ ਚਾਰ ਪਹਿਲਾਂ ਗਈਆਂ ਉਹਨਾਂ ਦਾ ਨੁਕਸਾਨ ਸੀ? ਤਿੰਨ ਚਾਰ ਪਹਿਲਾਂ ਵੀ ਗਈਆਂ ਉਹਨਾਂ ਦੇ ਵੀ ਹੋ ਗਿਆ, ਨੁਕਸਾਨ ਤਾਂ ਹੈ। 10-12 ਗੱਡੀਆਂ। ਕਿੰਨੀਆਂ ਗੱਡੀਆਂ ਦਾ ਐਕਸੀਡੈਂਟ ਹੋਇਆ ਜੀ? ਚਾਰ ਪਹਿਲਾਂ ਸੀ, ਚਾਰ ਇਹ ਹੁਣ ਹੋ ਗਈਆਂ। ਇੱਕ ਵਿਆਹ ਸਮਾਗਮ ਤੋਂ ਕਿੱਥੋਂ ਕਿੱਧਰੋਂ ਜਾ ਰਹੀ ਸੀ ਵਿਆਹ ਵਾਲੀ ਗੱਡੀ? ਵਿਆਹ ਤੋਂ ਆਏ ਹਾਂ ਜੀ, ਪਟਿਆਲੇ ਤੋਂ ਵਾਪਸ ਹਰਮਾਨਗੜ੍ਹ ਰਾਜਸਥਾਨ ਜਾ ਰਹੇ ਹਾਂ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ? ਨਹੀਂ ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੈ, ਕਿਸੇ ਦੇ ਕੋਈ ਸੱਟ ਫੇਟ ਨਹੀਂ ਵੱਜੀ, ਬਹੁਤ ਬੱਚਤ ਰਹਿ ਗਈ ਹੈ, ਬਹੁਤ ਵਧੀਆ ਹੈ, ਕੋਈ ਦਿੱਕਤ ਨਹੀਂ ਹੈ। ਆਪਣੇ ਉਹ ਗੱਡੀ ਤਾਂ ਮੂਹਰੇ ਜਾ ਰਹੀ ਸੀ ਪਹਿਲਾਂ ਅੰਡਰ, ਜਦੋਂ ਆਪਾਂ ਪੁਲ ਚੜਿਆ ਫਲਾਈ ਓਵਰ, ਆਹ ਗੱਡੀ ਕਿਹੜੀ ਮੂਹਰੇ ਵੱਖੜੀ ਹੈਗੀ, ਇਹਨੇ ਬਰੋਬਰ ਲਾ ਲਈ ਜਮਾ ਕੇ, ਅਤੇ ਫਿਰ ਅਸੀਂ ਇਹਨੂੰ ਹਾਰਨ ਮਾਰਿਆ ਵੀ ਤੂੰ ਸਾਈਡ ਕਰ ਜਾ, ਮਾਗਰ ਕਰ ਜਾ, ਮੂਹਰੇ ਕਰ, ਅਤੇ ਇਹਨੇ ਗੱਡੀ ਲਿਆ ਕੇ ਉਹਦੇ ਬਰੋਬਰ ਆ ਕੇ ਜਮਾ ਮੂਹਰੇ ਠੋਕਦੀ 3 ਫੁੱਟ ਦੇ ਫਾਸਲੇ 'ਤੇ। ਆਹ ਗੱਡੀ ਦੇ ਕਦੋਂ ਮੂਹਰੇ ਵੱਜੀ ਆ, ਆਪਾਂ 3 ਫੁੱਟ ਦੇ ਫਾਸਲੇ 'ਤੇ ਗੱਡੀ ਬ੍ਰੇਕ ਨਹੀਂ ਲੈਂਦੀ, ਠੀਕ ਹੈ, ਬ੍ਰੇਕ ਨਹੀਂ ਲੈਂਦੀ, ਅਤੇ ਮਾਗਰ ਆਪਣੇ ਲੋਵਾ ਵੱਜੀ। ਅਸੀਂ ਪਹਿਲਾਂ ਹੀ ਗੱਲਾਂ ਕਰਦੇ ਹੋਣੇ ਵੀ ਬੰਦਾ ਵੀ ਇੱਕੋ ਘਰ ਦੀਆਂ ਗੱਡੀਆਂ ਲੱਗਦੇ ਨੇ, ਬਰੋਬਰ ਲਾਈ ਜਾਂਦਾ ਵੀ ਧੁੰਦ ਦਾ ਟਾਈਮ ਆ, ਜਾਂ ਮੂਹਰੇ ਕਰ ਲਏ ਜਾਂ ਮਾਗਰ ਕਰ ਲਏ, ਹਾਲੇ ਉੱਤੋਂ ਆਹ ਗੱਲ ਪੈ ਰਹੀ ਸੀ ਆਪਣੇ। ਇਹ ਸਾਡੇ 32-35 ਲੱਖ ਦੀਆਂ ਗੱਡੀਆਂ ਨੇ ਜੀ। ਕਾਹਦੇ ਸੀ ਬਾਈ? ਹੈ ਜੀ, ਤੁਸੀਂ ਕਾਹਦੇ 'ਤੇ ਸੀਗੇ? ਅਸੀਂ ਸਵਿਫਟ ਗੱਡੀ ਆ ਜੀ ਆਪਣੀ, 42 ਗੱਡੀ, ਇਹਨਾਂ ਨੇ 42 ਟੁੱਟੀ ਆ ਜੀ। ਕਿੰਨਾ ਕੁ ਨੁਕਸਾਨ ਆ ਜੀ ਉਹਦਾ? ਜੀ ਤੁਸੀਂ ਐਂ ਮੰਨ ਕੇ ਚੱਲੋ ਤਕਰੀਬਨ ਉਹ ਤਾਂ ਸਾਰੀ ਠੋਕੀ ਗਈ ਮਾਗਰ ਉਹ। ਕਿੱਧਰੋਂ ਜਾ ਰਹੇ ਸੀ? ਅਸੀਂ ਵੀਰੇ ਆਪਣਾ ਕੁੱਬੇ ਆ, ਕੁੱਬੇ ਪਿੰਡ ਆਪਣਾ, ਪੂਰੇ ਕੁੱਬੇ, ਅਸੀਂ ਆਪਣਾ ਬਠਿੰਡੇ ਦਵਾਈ ਲੈਣ ਜਾ ਰਹੇ ਹਾਂ। ਕੋਈ ਜਾਨੀ ਨੁਕਸਾਨ ਤਾਂ ਨਹੀਂ? ਜਾਨੀ ਨੁਕਸਾਨ ਨਹੀਂ ਹੋਇਆ ਵੀਰੇ, ਹਾਲੇ ਉੱਤੋਂ ਬੋਲਦੇ ਨੇ ਆਪਣਾ ਬੰਦਾ ਪਹਿਲੀ ਮਰੀਜ਼ ਆ ਉਹ ਲੀਵਰ ਦਾ, ਉੱਤੋਂ ਗੱਲ ਪੈ ਰਹੇ ਨੇ। ਬਾਈ ਅਸੀਂ ਗੱਡੀਆਂ ਲੈ ਕੇ ਆ ਰਹੇ ਸੀਗੇ, ਕਾਫੀ ਨੋਰਮਲ ਸਪੀਡ ਆ ਰਹੇ ਸੀ, ਪਿੱਛੋਂ ਇਹ ਗੱਡੀ ਦੇ ਅੱਗੇ ਪਾਸੇ ਐਕਸੀਡੈਂਟ ਹੋਇਆ ਸੀ ਟਰੱਕ ਵਾਲੇ ਦਾ, ਇਹਨੇ ਬ੍ਰੇਕ ਮਾਰੀ, ਮੇਰੀ ਗੱਡੀ ਬ੍ਰੇਕ ਲੱਗ ਗਈ, ਪਿੱਛੋਂ ਉਹਨੇ ਲੈ ਕੇ ਮੇਰੀ ਗੱਡੀ 'ਚ ਗੱਡੀ ਮਾਰੀ, ਇਹਦੇ ਕਰਕੇ ਨੁਕਸਾਨ ਹੋਇਆ ਜੀ। ਗੱਡੀਆਂ 4-10-12 ਗੱਡੀਆਂ ਲੱਗੀਆਂ ਜੀ ਆਪਣੀ। ਕੋਈ ਜਾਨੀ ਨੁਕਸਾਨ ਤਾਂ ਨਹੀਂ? ਜਾਨੀ ਨੁਕਸਾਨ ਨਹੀਂ ਹੋਇਆ। ਗੱਡੀਆਂ ਦਾ ਕਿੰਨਾ ਕੁ ਨੁਕਸਾਨ ਹੋਇਆ? ਗੱਡੀਆਂ ਦਾ ਜੀ 2 ਲੱਖ ਦਾ ਹੋ ਗਿਆ, ਕਿਉਂਕਿ ਮਹਿੰਗੀਆਂ ਗੱਡੀਆਂ ਸਾਰੀਆਂ ਵੀ 25-25 ਲੱਖ ਵਾਲੀਆਂ ਗੱਡੀਆਂ ਜੀ, ਦੇਖ ਲਓ ਕੀ ਆ ਕਹਿ ਰਹੇ ਸਰ, ਕੁਛ ਤਾਂ ਜੀ ਨੁਕਸਾਨ ਹੈਗਾ ਜੀ। ਤੁਸੀਂ ਕਿੱਧਰੋਂ ਜਾ ਰਹੇ ਸੀ ਜੀ? ਤੁਸੀਂ ਪਟਿਆਲਾ ਤੋਂ ਹਨੂਮਾਨਗੜ੍ਹ ਜਾ ਰਹੇ ਸੀ ਜੀ? ਗੱਡੀ 21 ਸੀ ਜੀ ਉਹਦੇ। ਅੱਜ ਧੁੰਦ ਬਹੁਤ ਜ਼ਿਆਦਾ ਪੈ ਰਹੀ ਸੀਗੀ,
ਬਰਨਾਲਾ ਸਾਈਡ ਤੋਂ ਇੱਕ ਰਾਜਸਥਾਨ ਦੀ ਪਾਰਟੀ ਸੀ ਮੈਰਿਜ ਕਰਕੇ ਆ ਰਹੀ ਸੀਗੀ, ਧੁੰਦ ਜ਼ਿਆਦਾ ਪੈਣ ਕਰਕੇ ਉਹਨਾਂ ਨੂੰ ਮਤਲਬ ਕਿ ਕੋਈ ਅਵਾਰਾ ਪਸ਼ੂ ਅੱਗੇ ਆ ਗਿਆ, ਉਹਨਾਂ ਨੇ ਬ੍ਰੇਕ ਮਾਰੀ ਅਤੇ ਗੱਡੀਆਂ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਤਿੰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਹੁਣ ਜਿਹੜੀ ਟ੍ਰੈਫਿਕ ਆ ਉਹ ਆਪਾਂ ਚਾਲੂ ਕਰਵਾ ਦਿੱਤੀ ਹੈ ਅਤੇ ਬਾਕੀ ਹੁਣ ਉਹਨਾਂ ਦਾ ਆਪਸ ਵਿੱਚ ਬਹਿ ਕੇ ਉਹ ਆਪਸ ਕੰਪਰੋਮਾਈਜ਼ ਕਰ ਰਹੇ ਨੇ।